ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਸ਼ੇਅਰ ਕਰਾਂਗੇ। ਸੋ ਇਹ ਸਾਰੇ ਹੈਂਡ ਆਰੀ ਵਿਦ ਮਸ਼ੀਨ ਐਮਬਰਾਇਡਰੀ ਹੈ। ਸੋ ਜਿਵੇਂ ਵੀ ਕਿਸੇ ਦਾ ਔਡਰ ਜਾਂਦਾ ਹੈ ਜੀ, ਜੋ ਵੀ ਸੂਟ ਬਣਦੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਸਾਰਿਆਂ ਦੇ ਔਡਰਸ ਆ ਜਿਹੜੇ ਪੈਂਡਿੰਗ ਸੀ ਉਹ ਬਣ ਕੇ ਜਾ ਰਹੇ ਹੈਗੇ ਆ। ਤੁਸੀਂ ਆਪਣੇ ਔਡਰ ਦੇ ਵਿੱਚ ਕੋਈ ਵੀ ਸੂਟ ਹੈ ਜਿਹੜਾ ਆਪਣੀ ਚੋਇਸ ਦੇ ਅਕੋਰਡਿੰਗ ਹੈ ਜਿਹੜਾ ਐਡ ਕਰ ਸਕਦੇ ਹੋ। ਸੋ ਤੁਹਾਡੀ ਚੋਇਸ ਦੇ ਅਕੋਰਡਿੰਗ ਹੀ ਫੈਬਰਿਕ ਹੋਏਗਾ, ਤੁਹਾਡੀ ਚੋਇਸ ਦੇ ਅਕੋਰਡਿੰਗ ਹੀ ਜਿਹੜਾ ਐਮਬਰਾਇਡਰੀ ਹੋਊਗੀ। ਸੋ ਫਸਟ ਅਸੀਂ ਸਭ ਤੋਂ ਪਹਿਲਾਂ ਜਿਵੇਂ ਇਹ ਹੈਂਡਵਰਕ ਦਾ ਡਿਜ਼ਾਇਨ ਹੈਗਾ ਜੀ, ਇਹ ਸਾਰੇ ਹੈਂਡਵਰਕ ਹੋਇਆ ਹੋਇਆ, ਨੀਚੇ ਬਾਰਡਰ ਹੈ, ਸਾਰਾ ਸ਼ਰਟ ਹੈ ਜਿਹੜਾ ਪੂਰਾ ਫਿੱਲ ਹੈ, ਇਹਦੇ ਵਿੱਚ ਪਰਲ ਵਰਕ ਵੀ ਹੈ, ਸਿੱਪੀ ਹੈ, ਬਹੁਤ ਜਿਹੜੇ ਤਰ੍ਹਾਂ ਦੀ ਸਿੱਪੀ ਲੱਗੀ ਹੋਈ ਹੈ, ਦਬਕ ਹੈ, ਇਹ ਦੇਖੋ ਸਾਰੇ ਤਰ੍ਹਾਂ ਦੀ ਐਮਬਰਾਇਡਰੀ ਹੈ ਜਿਹੜੀ ਇਹਦੇ ਵਿੱਚ ਹੋਈ ਹੋਈ ਹੈ। ਲਾਈਟ ਲਵੈਂਡਰ ਸ਼ੇਡ ਹੈਗਾ ਇਹ, ਔਰ ਔਰਗੈਂਜ ਦੀ ਸ਼ਰਟ ਹੈ ਜੀ, ਸੈਮੀ ਕਰੇਪ ਦੀ ਬੋਟਮ ਹੈ ਇਹਦੇ ਨਾਲ। ਸੋ ਜਿਹੜਾ ਚਨੌਨ ਦਾ ਦੁਪੱਟਾ ਹੋਊਗਾ, ਸੋ ਉਸ ਦੇ ਅਕੋਰਡਿੰਗ ਹੀ ਜਿਹੜਾ ਪ੍ਰਾਈਜ਼ ਹੈ ਤੁਹਾਨੂੰ ਮੈਨਸ਼ਨ ਹੋਊਗਾ। ਸੋ ਇਸ ਤਰ੍ਹਾਂ ਬਾਜੂ 'ਤੇ ਜਿਹੜਾ ਇਹਦਾ ਕੀਤਾ ਹੋਇਆ, ਜਿਹੜਾ ਔਰਗੈਂਜਾ ਦਾ ਸਟੱਫ ਹੈਗਾ ਇਹਦੇ ਉੱਪਰ ਜਿਹੜੀ ਐਮਬਰਾਇਡਰੀ ਆ ਬਹੁਤ ਹੀ ਵਧੀਆ ਲੱਗਦੀ ਹੈ। ਸੋ ਬਿਲਕੁਲ ਆ ਜਿਹੜਾ ਇਹ ਹਾਰਡ ਹੁੰਦਾ, ਹਾਰਡ ਵੀ ਨਹੀਂ ਹੁੰਦਾ, ਮਤਲਬ ਜਿਹੜੀ ਐਮਬਰਾਇਡਰੀ ਆ ਬਹੁਤ ਹੀ ਬਿਲਕੁਲ ਉਹ ਨਹੀਂ ਹੁੰਦੀ, ਸ਼੍ਰਿੰਕ ਨਹੀਂ ਹੁੰਦੀ ਇਹਦੇ ਵਿੱਚ, ਬਿਲਕੁਲ ਸਿੱਧੀ ਸਿੱਧੀ ਜਿਹੜੀ ਰਹਿੰਦੀ ਹੈ, ਪੂਰੀ ਗ੍ਰੇਸ ਆਉਂਦੀ ਇਹਦੇ ਨਾਲ। ਸੋ ਇਹ ਦੋ ਫਲਾਰ ਹੋ ਗਏ, ਦੋ ਫਲਾਰ ਉੱਪਰ ਹੋ ਗਏ, ਫਿਰ ਦੋ ਫਲਾਰ ਉੱਪਰ ਹੈ, ਇਸ ਤਰ੍ਹਾਂ ਗਲੇ ਦੇ ਡਿਜ਼ਾਇਨਿੰਗ ਹੈ। ਸੋ ਇਹ ਸਾਰਾ ਪੂਰਾ ਹੈਵੀ ਸ਼ਰਟ ਹੈ ਜੀ, ਹੈਂਡਵਰਕ ਦਾ ਡਿਜ਼ਾਇਨ ਹੈ। ਹੈਂਡਵਰਕ ਜਿਹੜਾ ਔਲਰੇਡੀ ਸਾਰਿਆਂ ਨੂੰ ਪਤਾ ਹੀ ਹੈ ਕਿ ਕਾਫੀ ਕੋਸਟਲੀ ਹੁੰਦਾ। ਸੋ ਇਸ ਤਰ੍ਹਾਂ ਦਾ ਜੋ ਅੱਜ ਕੱਲ੍ਹ ਚੱਲ ਰਹੀ ਹੈਗੀ ਆ ਲੇਸਿਸ ਸ਼ਿਮਰ ਵਾਲੀ, ਸੋ ਲੱਗੀ ਹੋਈ ਹੈ। ਔਰ ਜਿਹੜਾ ਨੈਕਸਟ ਸੂਟ ਹੈਗਾ ਜੀ, ਇਹ ਆਰੀ ਵਰਕ ਦੇ ਵਿੱਚ ਹੈ। ਸੋ ਇਹ ਮਸਟਰਡ ਕਲਰ ਦਾ ਜਿਹੜੀ ਐਮਬਰਾਇਡਰੀ ਹੈ, ਇਸ ਤਰ੍ਹਾਂ ਆਰੀ ਵਰਕ ਕੇ ਹੋਇਆ ਹੋਇਆ ਇਹ ਸਾਰਾ ਉੱਪਰ ਤੱਕ, ਔਰ ਬਾਜੂ 'ਤੇ ਵੀ ਇਸ ਤਰ੍ਹਾਂ ਦਾ ਵਰਕ ਹੈ। ਇਹ ਦੁਪੱਟੇ 'ਤੇ ਹਲਕਾ ਵਰਕ ਹੈ ਜੀ, ਸੋਰੀ ਸ਼ਰਟ 'ਤੇ ਹਲਕਾ ਹੈ, ਔਰ ਇਹਦਾ ਜਿਹੜਾ ਦੁਪੱਟਾ ਹੈ ਉਹ ਕਾਫੀ ਹੈਵੀ ਬਣਦਾ ਹੈ। ਇਸ ਤਰ੍ਹਾਂ ਜਿਹੜੇ ਦੁਪੱਟੇ ਦੇ ਉੱਪਰ ਸਾਰਾ ਬਾਰਡਰ ਹੈਗਾ, ਵਿੱਚ ਜਿਹੜੇ ਫਲਾਰ ਬਣਦੇ ਹੈਗੇ ਆ, ਵੇਲਸ ਬਣਦੀਆਂ ਹੈਗੀਆਂ ਦੋਨੋਂ ਤਰਫ, ਜਿਵੇਂ ਇਹ ਫਲਾਰਸ ਬਣੇ ਆ, ਇਹਦੇ ਵਿੱਚ ਕਲਰ ਐਡ ਕੀਤਾ ਸੀ, ਕਿਉਂਕਿ ਜਿਹੜਾ ਗੋਲਡਨ ਐਮਬਰਾਇਡਰੀ ਦੇ ਨਾਲ ਅਗਰ ਅਸੀਂ ਕੋ ਕਲਰ ਐਡ ਕਰਦੇ ਹਾਂ ਤਾਂ ਬਹੁਤ ਹੀ ਪਿਆਰਾ ਲੱਗਦਾ। ਸੋ ਇਸ ਤਰ੍ਹਾਂ ਦੀ ਵੇਲ ਹੈ, ਔਰ ਫਿਰ ਜਿਹੜੇ ਦੂਸਰੀ ਸਾਈਡ ਹੈ ਇਹ ਕਾਫੀ ਹੈਵੀ ਹੋ ਜਾਂਦਾ ਜੀ, ਕਾਫੀ ਬਰੀਕ ਵਰਕ ਹੈ। ਇਸ ਤਰ੍ਹਾਂ ਜਿਹੜਾ ਇਹਦੇ ਵਿੱਚ ਅਸੀਂ ਥਰੈਡ ਲਾਇਆ ਹੋਇਆ, ਸੋ ਇਹ ਵੇਲਸ ਹੈਗੀਆਂ ਜਿਹੜੀਆਂ ਇਸ ਤਰ੍ਹਾਂ ਬਣਦੀ ਹੈ। ਸੋ ਇਹਦੇ ਨਾਲ ਕਲਰ ਆ ਜਾਂਦਾ ਤਾਂ ਆਲਰੇਡੀ ਇਹ ਜਿਹੜੀ ਗ੍ਰੇਸਫੁੱਲ ਲੱਗਦਾ। ਔਰ ਨੈਕਸਟ ਅਸੀਂ ਕੋਟਨ ਦਾ ਸੂਟ ਹੈ ਜੀ, ਇਹ ਜਿਹੜੀ ਹੈਗੀ ਹੈ ਲੇਲਨ ਕੋਟਨ ਹੈ, ਸਕਾਈ ਕਲਰ ਦੀ ਕਲਰ ਹੈਗਾ ਇਹਦਾ, ਔਰ ਇਹਦੇ 'ਤੇ ਜਿਵੇਂ ਵਾਈਟ ਐਮਬਰਾਇਡਰੀ ਕੀਤੀ ਹੋਈ ਹੈ, ਉੱਪਰ ਆ ਜਿਹੜਾ ਇਹ ਕਲਰਫੁੱਲ ਐਮਬਰਾਇਡਰੀ ਹੈ। ਇਸ ਤਰ੍ਹਾਂ ਅਸੀਂ ਬਹੁਤ ਹੀ ਪਿਆਰੇ ਆ ਜਿਹੜੇ ਇਹ ਬਟਨ ਦਿੱਤੇ ਹੋਏ ਆ, ਦੇਖੋ ਬਿਲਕੁਲ ਵੀ ਉਹ ਨਹੀਂ ਹੈਗਾ ਕਿ ਇਹਦੇ ਵਿੱਚ ਕੋਈ, ਤੁਸੀਂ ਇਹਦੇ ਤੋਂ ਸਟਿਚਿੰਗ ਦਾ ਜਿਹੜਾ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਕਿਸ ਤਰ੍ਹਾਂ ਦੀ ਸਟਿਚਿੰਗ ਕਰਦੇ ਹਾਂ। ਦੇਖੋ ਤੁਸੀਂ ਪ੍ਰੋਪਰ ਆ ਜਿਹੜੀ ਫਿਨਿਸ਼ਿੰਗ ਹੋਈ ਹੋਈ ਹੈ, ਇੱਕ ਇੱਕ ਬਟਨ ਹੈ ਜਿਹੜਾ ਇੱਕ ਇੱਕ ਗੈਪ 'ਤੇ, ਔਰ ਬੜੇ ਹੀ ਨੀਟ ਐਂਡ ਕਲੀਨ ਲੱਗਿਆ ਹੋਇਆ। ਪਾਈਪਿੰਗ ਤੋਂ ਵੀ ਜੋ ਸਟਿਚਿੰਗ ਦਾ ਪੂਰਾ ਦੇਖਦੇ ਹੈਗੇ ਆ, ਪਾਈਪਿੰਗ ਤੋਂ ਵੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਟਿਚਿੰਗ ਕਿਸ ਤਰ੍ਹਾਂ ਦੀ ਹੈ। ਔਰ ਇਸ ਤਰ੍ਹਾਂ ਇਹ ਬਾਜੂ ਐਮਬਰਾਇਡਰੀ ਹੈ ਜੀ, ਬਾਜੂ 'ਤੇ ਇੱਕ ਫਲਾਰ ਬਣਦਾ। ਸੋ ਇਹਦੇ ਨਾਲ ਆ ਜੀ ਦੁਪੱਟਾ ਹੈਗਾ ਜਿਹੜਾ ਅਸੀਂ ਟਾਈ ਡਾਈ ਕੀਤਾ ਹੋਇਆ, ਔਰ ਵਿਦ ਲੇਸ ਲਾਈ ਹੋਈ ਹੈ ਇਸ ਤਰ੍ਹਾਂ। ਜਿਵੇਂ ਵੀ ਅੱਜ ਕੱਲ੍ਹ ਲੇਸਿਸ ਦਾ ਟ੍ਰੈਂਡ ਆ ਜਿਹੜਾ ਕਾਫੀ ਜਿਹੜਾ ਬਰੋਡ ਨਹੀਂ ਚੱਲ ਰਿਹਾ, ਬਿਲਕੁਲ ਥੋੜ੍ਹਾ ਠੀਕ ਜਿਹਾ ਚੱਲ ਰਿਹਾ ਹੈਗਾ। ਸੋ ਉਸ ਤਰ੍ਹਾਂ ਦਾ ਅਸੀਂ ਇਹਦੇ 'ਤੇ ਲੇਸਿਸ ਲਗਾਈਆਂ ਹੋਈਆਂ, ਔਰ ਜਿਵੇਂ ਕਿ ਇਹ ਆਲਵੇਜ਼ ਦਾ ਜਿਹੜਾ ਫੇਵਰੇਟ ਆ ਸਾਰਿਆਂ ਦਾ ਡਿਜ਼ਾਇਨ, ਨੀਚੇ ਗੋਲਡਨ ਐਮਬਰਾਇਡਰੀ ਹੈ, ਬਟਰਫਲਾਈ ਵਾਲਾ ਡਿਜ਼ਾਇਨ ਹੈਗਾ, ਉੱਪਰ ਫੇਰ ਹੈ ਜਿਹੜਾ ਇਹਦਾ ਬਟਰਫਲਾਈ ਆ ਜਾਂਦਾ, ਫੇਰ ਹੈ ਜਿਹੜਾ ਗਲੇ ਦੀ ਐਮਬਰਾਇਡਰੀ ਆ ਜਾਂਦੀ ਹੈ। ਸੋ ਇਹ ਅਸੀਂ ਸੂਟ ਹੈਗਾ ਜਿਹੜਾ ਹਰ ਇੱਕ ਔਰਡਰ ਦੇ ਵਿੱਚ ਆ ਜਿਹੜਾ ਭੇਜ ਰਹੇ ਹੈਗੇ ਹਾਂ, ਔਰ ਇਹਦੇ ਨਾਲ ਚਨੌਨ ਦੁਪੱਟਾ ਵਿਦ ਲੇਸ ਹੈ ਜੀ। ਸੋ ਇਹ ਦੇਖੋ, ਸੋ ਇਸ ਤਰ੍ਹਾਂ ਅਸੀਂ ਜਿਹੜੀ ਹੈ ਨੀਚੇ ਬੋਟਮ ਹੈਗੀ ਹੈ, ਕਈ ਵਾਰ ਉਹਦੇ ਨਾਲ ਅਸੀਂ ਜਿਹੜੀ ਕਰਦੇ ਹੈਗੇ ਹਾਂ ਪਲਾਜ਼ੋ ਦੇ ਨਾਲ
ਪਲਾਜ਼ੋ ਤੇ ਅਸੀਂ ਲੇਸਿਸ ਦਿੱਤੀ ਹੋਈ ਹੈ ਵਰਕ ਨਾਲ ਦੀ, ਸੋ ਇਹਦੇ ਨਾਲ ਜਿਹੜਾ ਸੂਟ ਹੈਗਾ ਕਾਫੀ ਗ੍ਰੇਸਫੁਲ ਹੋ ਜਾਂਦਾ ਹੈ। ਸੋ ਅਗਰ ਤੁਹਾਨੂੰ ਸੂਟ ਪਸੰਦ ਆਉਂਦੇ ਆ ਜੀ, ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਮੇਰਾ ਵਟਸਐਪ ਨੰਬਰ 7589231377 'ਤੇ ਜਾ ਕੇ ਤੁਸੀਂ ਕਿਸੇ ਵੀ ਆਪਣੀ ਚੋਇਸ ਦੇ ਅਕੋਰਡਿੰਗ ਹੈ ਜਿਹੜਾ ਸੂਟ ਦਾ ਆਰਡਰ ਕਰ ਸਕਦੇ ਹੋ, ਆਪਣੀ ਕਲਰ ਚੋਇਸ ਦੇ ਅਕੋਰਡਿੰਗ। ਆਪਣਾ ਸਟੱਫ ਆ ਸੈਮੀ ਆ, ਪਿਓਰ ਹੈ, ਦੁਪੱਟਾ ਹੈ, ਜੋ ਵੀ ਤੁਹਾਨੂੰ ਚਾਹੀਦਾ ਤੁਸੀਂ ਉਸ ਤਰ੍ਹਾਂ ਦਾ ਆਰਡਰ ਕਰ ਸਕਦੇ ਹੋ। ਔਰ ਆਰਡਰ ਪਲੇਸ ਕਰਨ ਲਈ ਜੀ ਮੈਂ ਤੁਹਾਨੂੰ ਦੱਸਿਆ ਹੋਇਆ ਸਕਰੀਨਸ਼ੋਟ ਭੇਜ ਕੇ, ਤੁਸੀਂ ਪਹਿਲਾਂ ਸਕਰੀਨਸ਼ੋਟ ਭੇਜੋ ਆਪਣਾ, ਜੇ ਤੁਹਾਨੂੰ ਪਸੰਦ ਆਉਂਦਾ ਪ੍ਰਾਈਜ਼ ਪੁੱਛੋ, ਪ੍ਰਾਈਜ਼ ਜਾਣ ਕੇ ਅਗਰ ਤੁਹਾਨੂੰ ਸੂਟ ਪਸੰਦ ਆਉਂਦਾ ਆਰਡਰ ਕਰਨਾ ਚਾਹੁੰਦੇ ਹੋ ਤਾਂ ਫਿਰ ਆਪਾਂ ਫੋਨ 'ਤੇ ਜਿਹੜਾ ਗੱਲ ਕਰ ਸਕਦੇ ਹਾਂ। ਸੋ ਕਾਫੀ ਬਿਜ਼ੀ ਸ਼ਡਿਊਲ ਹੋਣ ਕਰਕੇ ਤੁਹਾਡੇ ਫੋਨਸ ਆ ਜਿਹੜੇ ਲਗਾਤਾਰ ਅਨਨੋਨ ਨੰਬਰਸ ਤੋਂ ਆ ਰਹੇ ਹੈਗੇ ਉਹ ਪਿੱਕ ਨਹੀਂ ਹੁੰਦੇ, ਸੋ ਇਸ ਤਰ੍ਹਾਂ ਫਿਰ ਜਿਹੜਾ ਕਾਫੀ ਮੁਸ਼ਕਲ ਹੋ ਜਾਂਦਾ ਇੰਨੇ ਸਾਰੇ ਆਂਸਰ ਕਰਨੇ। ਸੋ ਵਟਸਐਪ ਮੈਸੇਜ ਕਰਿਆ ਕਰੋ, ਅਗਰ ਤੁਸੀਂ ਆਰਡਰ ਕਰਨਾ ਫਿਰ ਹੀ ਪਲੀਜ਼ ਗੱਲ ਕਰਿਆ ਕਰੋ। ਸੋ ਇਸ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ ਨਵੇਂ ਡਿਜ਼ਾਇਨਿੰਗ ਆ ਜਿਹੜੀ ਸ਼ੇਅਰ ਕਰਦੇ ਰਹਾਂਗੇ। ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ, ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।